ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਜਾਰੀ ਵਿਕਸਿਤ ਭਾਰਤ ਨਾਅ ਦੀ ਕੋਫੀ ਟੇਬਲ ਬੁੱਕ ਵਿੱਚ ਦੇਸ਼ ਭਰ ਦੇ ਪਿੰਡਾਂ ਵਿੱਚ ਹੋਏ ਵਿਕਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਦੋ ਪਿੰਡਾਂ ਦਾ ਜ਼ਿਕਰ ਵੀ ਇਸ ਕੋਫੀ ਟੇਬਲ ਬੁੱਕ ਵਿੱਚ ਸ਼ਾਮਲੇ ਇੱਕ ਰਿਪੋਰਟ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਿਲੀਜ਼ ਵਿਕਸਿਤ ਭਾਰਤ ਨਾਅ ਦੀ ਕੋਫੀ ਟੇਬਲ ਬੁੱਕ ਵਿੱਚ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਦੋ ਪਿੰਡਾਂ ਨੂੰ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਹੈ। ਇਹ ਪਿੰਡ ਨੇ ਮੇਮਾ ਪਗਵਾਨਾ ਅਤੇ ਮੇਮਾ ਸਵਾਈ ਇਹਨਾਂ ਦੋਹਾਂ ਪਿੰਡਾਂ ਵਿੱਚ ਜਲ ਜੀਵਨ ਮਿਸ਼ਨ ਦੀ ਕਾਮਯਾਬੀ ਬਾਰੇ ਇਸ ਕਾਫੀ ਟੇਬਲ ਬੁੱਕ ਵਿੱਚ ਤਕਰੀਬਨ 6 ਪੰਨਿਆਂ ਵਿੱਚ ਜਾਣਕਾਰੀ ਦਿੱਤੀ ਗਈ ਹੈ ਇਸ ਮਿਸ਼ਨ ਬਾਰੇ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮਨਪ੍ਰੀਤ ਸਿੰਘ ਅਰਸ਼ੀ ਦੱਸਦੇ ਨੇ ਜਿਹੜੀ ਮਹਿਮਾ ਭਗਵਾਨਾ ਵਾਟਰ ਸਪਲਾਈ ਸਕੀਮ ਹੈਗੀ ਹੈ ਉਹ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਉਸਾਰੀ ਹੋਈ ਸਕੀਮ ਹੈ ਤੇ ਉਸ ਤੇ ਇੱਕ ਜਿਹੜੀ ਵਿਲੱਖਣ ਗੱਲ ਇਹ ਹੈਗੀ ਜਿਸ ਕਰਕੇ ਗਵਰਨਮੈਂਟ ਆਫ ਇੰਡੀਆ ਨੇ ਇਸ ਨੂੰ ਸਪੈਸ਼ਲ ਰੈਕਗਨਾਈਜੇਸ਼ਨ ਦਿੱਤੀ ਹੈ ਕਿ ਉੱਥੇ ਉਹ 100% ਜਿਹੜੀ ਉਹਦੀ ਆਰਗੇਨਾਈਜੇਸ਼ਨ ਹੈ ਪਿੰਡ ਦੀ ਪੰਚਾਇਤ ਜਿਹੜੀ ਚਲਾਉਣ ਵਾਲੀ ਉਹ ਫੀਮੇਲ ਹੈੱਡਡ ਹੈ ਕਿ ਸਾਰੀਆਂ ਊਮਨ ਸਰਪੰਚ ਵੀ ਊਮਨ ਹੈ ਜਿਹੜੀ ಗ್ರಾಮ ਪੰਚਾਇਤ ਵਾਟਰ ਸਪਲਾਈ ਕਮੇਟੀ ਹੈ ਉਹ ਵਾਟਰ ਸਪਲਾਈ ਕਮੇਟੀ ਦੀਆਂ ਸਾਰੀਆਂ ਮੈਂਬਰ ਜਿਹੜੀਆਂ 12 ਜਾਂ 15 ਜਿੰਨੀਆਂ ਮੈਂਬਰ ਨੇ ਉਹ ਸਾਰੀਆਂ ਔਰਤਾਂ ਨੇ ਉਹ ਔਮਨ ਹੈਡਡ ਜਿਹੜੀ ਆ ਉਹ ਸਪਲਾਈ ਹੈਗੀ ਹੈ ਤੇ ਬੜੀ ਸਕਸੈਸਫੁਲ ਚੱਲ ਰਹੀ ਹੈ ਮੈਂਮਾ ਭਗਵਾਨਾ ਦੇ ਬਸਨੀਕਾਂ ਦਾ ਕਹਿਣਾ ਹੈ ਕਿ ਜਲਜੀਵਨ ਮਿਸ਼ਨ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਇਨਕਲਾਬੀ ਬਦਲਾਅ ਲਿਆਂਦਾ ਹੈ ਅਤੇ ਮਿਸ਼ਨ ਤਹਿਤ ਮਣੀ ਪਾਣੀ ਦੀ ਟੈਂਕੀ ਨਾਲ ਅੱਜ ਉਹਨਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਬੇਹਦ ਆਸਾਨੀ ਨਾਲ ਮਿਲ ਰਿਹਾ ਹੈ ਮੈਂ ਅਕਸਰ ਦੇਖਦੀ ਹੁੰਦੀ ਸੀ ਇਹ ਲੇਡੀਆਂ ਨੂੰ ਵਾ ਇਹਨਾਂ ਦਾ ਜਿਹੜਾ ਸਮਾਂ ਸੀ ਬਹੁਤ ਵੇਸਟ ਹੋ ਜਾਂਦਾ ਸੀ 25 25 30 30 ਘੜੇ ਇਹ ਪਾਣੀ ਦੇ ਭਰਦੀਆਂ ਹੁੰਦੀਆਂ ਸੀ ਤੇ ਬੱਚਿਆਂ ਦੀ ਪੜ੍ਹਾਈ ਵੀ ਰਹਿ ਜਾਂਦੀ ਸੀ ਤੇ ਅਕਸਰ ਮੈਂ ਦੇਖਦੀ ਸੀ ਲੋਕ ਪਾਣੀ ਦੇ ਕਰਕੇ ਲੜਕੀਆਂ ਨੂੰ ਪੜਨੋਂ ਹਟਾ ਲੈਂਦੇ ਸੀ ਪਰ ਅਸੀਂ ਧੰਨਵਾਦੀ ਹਾਂ ਵੀ ਜਲਜੀਵਨ ਦੇ ਮਿਸ਼ਨ ਜਿਹੜਾ ਇਹ ਸਾਡਾ ਪਿੰਡ ਵਾਟਰਵਰਕਸ ਬਣਿਆ ਤੇ ਘਰ-ਘਰ ਦੇ ਵਿੱਚ ਪਾਣੀ ਪਹੁੰਚਿਆ ਪਿੰਡ ਦੀਆਂ ਔਰਤਾਂ ਮੁਤਾਬਕ ਸਾਫ਼ ਸੁਥਰਾ ਪਾਣੀ ਮਿਲਣ ਨਾਲ ਲੋਕਾਂ ਦੀ ਨਹੀਂ ਬਲਕਿ ਪਸ਼ੂਆਂ ਦੀ ਸਿਹਤ ਵੀ ਸੁਧਰ ਗਈ ਹੈ ਪਹਿਲਾਂ ਪਸ਼ੂਆਂ ਨੂੰ ਛਪੜਾਂ ਦਾ ਪਾਣੀ ਪਿਲਾਇਆ ਜਾਂਦਾ ਸੀ ਪਰ ਇਹ ਹੁਣ ਬੀਤੇ ਜ਼ਮਾਨੇ ਦੀ ਗੱਲ ਹੋ ਗਈ ਏ ਪਹਿਲਾਂ ਪਾਣੀ ਦਾ ਬਹੁਤ ਔਖਾ ਸੀਗਾ ਅਸੀਂ ਘਰ ਵਿੱਚ ਸਾਡੇ ਰਸੋਈ ਵਿੱਚ ਵੀ ਪਾਣੀ ਨਹੀਂ ਹੁੰਦਾ ਸੀਗਾ ਤੇ ਸਾਨੂੰ ਇੱਕ ਘੜਾ ਲਿਆਉਣਾ ਪੈਂਦਾ ਪਾਣੀ ਦਾ ਕਾਫੀ ਦੂਰ ਪੈਂਦਾ ਸੀ ਬਹੁਤ ਅਸੀਂ ਔਖੇ ਹੁੰਦੇ ਸੀ ਥੱਕ ਜਾਂਦੇ ਸੀਗੇ ਤੇ ਕੰਮ ਵੀ ਸਾਡਾ ਰਹਿ ਜਾਂਦਾ ਸੀਗਾ ਤੇ ਪਸ਼ੂ ਵੀ ਸਾਡੇ ਪਾਣੀ ਇੰਨਾਂ ਬਹੁਤ ਔਖੇ ਸੀਗੇ ਛਪੜਾਂ ਤੇ ਲੈ ਕੇ ਜਾਂਦੇ ਸੀਗੇ ਤੇ ਹੁਣ ਪਸ਼ੂ ਵੀ ਸਾਡੇ ਅੱਗੇ ਜਿਹੜੇ ਸੀਗੇ ਪਾਣੀ ਖਰਾਬ ਸੀਗਾ ਉਹਦੇ ਨਾਲ ਪਸ਼ੂ ਵੀ ਸੁੱਕਦੇ ਸੀਗੇ ਤੇ ਹੁਣ ਪਸ਼ੂ ਵੀ ਬਹੁਤ ਵਧੀਆ ਸਾਡੇ ਘਰਾਂ ਦੀ ਜ਼ਿੰਦਗੀ ਬਹੁਤ ਸੁਖਾਲੀ ਹੋ ਗਈ ਜੀ ਪਹਿਲਾਂ ਸਾਨੂੰ ਬਾਹਰ ਪਾਣੀ ਲੈਣ ਜਾਣਾ ਪੈਂਦਾ ਸੀ ਉਹਨਾਂ ਸਾਡੇ ਸਮੇਂ ਦੀ ਬਹੁਤ ਸਾਡਾ ਸਮਾਂ ਖਰਾਬ ਹੁੰਦਾ ਸੀ ਤੇ ਪਹਿਲਾਂ ਸਾਡੇ ਮਾਲਵੇਰੀਏ ਚ ਸਰ ਕਾਲੇ ਪੀਲੇ ਤੇ ਕੈਂਸਰ ਦਾ ਵੀ ਕਾਫੀ ਪ੍ਰਕੋਪ ਸੀਗਾ ਸਿਰਫ ਖਰਾਬ ਪਾਣੀ ਕਰਕੇ ਹੁਣ ਸਾਡੇ ਘਰਾਂ ਚ ਬਹੁਤ ਵਧੀਆ ਪਾਣੀ ਹੁੰਦਾ ਜੀ ਘਰ ਕਾ ਕਨੈਕਸ਼ਨ ਨੇ ਜੀ ਅਸੀਂ ਬਹੁਤ ਧੰਨਵਾਦੀ ਆ ਜੀ ਸਰਕਾਰ ਦੇ ਜਿਨ੍ਹਾਂ ਸਰਕਾਰ ਨੇ साढ़े तक जल जीवन मिशन राही साफ पानी पहुंचा है यकीन जल जीवन मिशन की मदद न अज ये पिंड विकास दीह लगातार अगे वे ने एक मोहरी थान बना चुके हैं अमृतपाल शिशु शर्मा शांतल दूरदर्शन समाचार जलंधर